ਅੰਦਰ ਲੱਗਿਆ ਹੋਇਆ ਉਹਦੇ ਵਿੱਚ ਕੀੜੇ ਹੈ, ਕੀ ਕਹਿਣਾ ਚਾਹੋਗੇ? ਆਹ ਤਾਂ ਜੀ ਫਿਰ ਬਿਮਾਰੀ ਦਾ ਘਰ ਹੈ ਜੀ ਇਹ। ਬਿਮਾਰੀਆਂ ਲੱਗਣ ਵਾਲਾ ਕੰਮ ਹੈ ਜੀ, ਕੀੜੇ ਮਰੇ ਪਏ ਆ ਜੀ। ਉਹ ਬੰਦਾ ਆਉਂਦਾ ਇੱਥੇ ਕਿ ਨਵਾਂ ਸਿਹਤ ਸਹੂਲਤਾਂ ਵਾਸਤੇ ਵੀ ਠੀਕ ਹੋ ਕੇ ਜਾਵੇ, ਉਹ ਜਿਹੜੀ ਤਬੀਅਤ ਠੀਕ ਹੋਊਗੀ ਉਹ ਕੀੜੇ ਵਾਲਾ ਪਾਣੀ ਪੀ ਕੇ ਮੈਨੂੰ ਲੱਗਦਾ ਹੋਰ ਵਿਗੜ ਜੂਗੀ ਉੱਥੋਂ ਉਹਨਾਂ ਦੇ। ਜਾ ਕੇ ਦੇਖਿਆ ਜੀ ਜਿਹੜਾ ਵਾਟਰ ਕੂਲਰ ਹੈ, ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰ ਜਿਹੜੀ ਹੈ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕਰ ਗਈ, ਉਹਦੇ ਵਿੱਚ ਕੀੜੇ ਤੁਰੇ ਫਿਰਦੇ ਜੀ ਵਾਟਰ ਕੂਲਰ ਦੇ ਵਿੱਚ? ਇਹ ਸਾਡੇ SMO ਸਾਹਿਬ ਦੇ ਧਿਆਨ ਵਿੱਚ ਲਿਆਂਦਾ ਹੋਇਆ ਹੈ, ਅਤੇ ਉਹਨਾਂ ਨੇ ਗਾਂ ਉੱਪਰ ਵੀ ਧਿਆਨ ਵਿੱਚ ਲਿਆਤਾ ਹੈ ਕਿ ਜਲਦੀ ਇਹ ਸਮੱਸਿਆ ਦੂਰ ਹੋ ਜਾਵੇਗੀ। ਵੀ ਜਿਹੜੇ ਹੈ ਕੀੜੇ ਤੁਰੇ ਫਿਰਦੇ ਜੀ? ਮੈਂ ਉਸ ਪਾਸੇ ਇੱਕ ਵਾਟਰ ਕੂਲਰ ਤਾਂ ਬਿਲਕੁਲ ਸਹੀ ਚੱਲ ਰਿਹਾ ਹੈ, ਉਹਦੇ ਨੇੜੇ ਹੀ ਇੱਕ ਹੋਰ ਲੱਗਿਆ ਹੈ, ਉਹਦੀ 2-3 ਵਾਰੀ ਰਿਪੇਅਰ ਕਰਵਾ ਚੁੱਕੇ ਹਾਂ, ਪਰ ਉਹ ਫਿਟਿੰਗ ਸਿਸਟਮ ਵਿੱਚ ਕੁਛ ਮੇਜਰ ਚੇਂਜਸ ਹੋਣਾ।